ਅਸੀਂ ਸਾਰੇ ਇਹ ਚੀਜ਼ ਸੋਚਦੇ ਹਾਂ ਕਿ ਇਸਰੋ, ਨਾਸਾ, ਚਾਈਨਾ ਅਤੇ ਰਸ਼ੀਆ ਇਹ ਸਾਰੇ ਹੀ ਚੰਦ ਦੇ ਉੱਪਰ ਕਿਉਂ ਜਾਣਾ ਚਾਹੁੰਦੇ ਨੇ ਤੇ ਇਸ ਦਾ ਸਾਈਜ਼ ਵੀ ਧਰਤੀ ਦੇ ਨਾਲੋਂ 4 ਗੁਣਾ ਛੋਟਾ ਹੈ ਤੇ ਅੱਧੇ ਚੰਦ ਦੇ ਉੱਪਰ ਤਾਂ ਸੂਰਜ ਦੀ ਰੋਸ਼ਨੀ ਤੱਕ ਨਹੀਂ ਜਾਂਦੀ, ਫਿਰ ਵੀ ਸਾਰੇ ਦੇਸ਼ ਕਿਉਂ ਚੰਦ ਦੇ ਉੱਪਰ ਜਾਣਾ ਚਾਹੁੰਦੇ ਨੇ? ਚੰਦ ਦੇ ਉੱਪਰ ਇਨਸਾਨ ਨੇ 65 ਸਾਲ ਪਹਿਲਾਂ ਜਾਣਾ ਸ਼ੁਰੂ ਕੀਤਾ ਸੀ ਤੇ ਹੁਣ ਤੱਕ ਅਸੀਂ ਚੰਦ ਦੇ ਉੱਪਰ 146 ਮੂਨ ਮਿਸ਼ਨ ਕਰ ਚੁੱਕੇ ਹਾਂ। USA ਵੱਲੋਂ ਚੰਦ ਦੇ ਉੱਪਰ ਅੱਜ ਤੱਕ ਸਭ ਤੋਂ ਜ਼ਿਆਦਾ 59 ਮਿਸ਼ਨ ਕੀਤੇ ਗਏ ਨੇ, ਰਸ਼ੀਆ ਵੱਲੋਂ 58 ਮਿਸ਼ਨ ਕੀਤੇ ਗਏ ਨੇ ਤੇ ਚਾਈਨਾ ਦੇ ਵੱਲੋਂ ਹੁਣ ਤੱਕ 8 ਮਿਸ਼ਨ ਕੀਤੇ ਗਏ ਨੇ ਤੇ ਇੰਡੀਆ ਨੇ ਚੰਦ ਦੇ ਉੱਪਰ ਹੁਣ ਤੱਕ ਸਿਰਫ 3 ਮਿਸ਼ਨ ਕੀਤੇ ਨੇ। ਇਹ ਸਾਰੇ ਮਿਸ਼ਨ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ, ਬਲਕਿ 7 ਤਰ੍ਹਾਂ ਦੇ ਮਿਸ਼ਨ ਹੁੰਦੇ ਨੇ। ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਚੰਦ ਦੇ ਕੋਲ ਦੀ ਉੱਡਣਾ ਜਾਂ ਫਿਰ ਚੰਦ ਦੇ ਆਰਬਿਟ ਦੇ ਵਿੱਚ ਸੈਟੇਲਾਈਟ ਭੇਜਣਾ ਤੇ ਫਿਰ ਉਸ ਦੇ ਸਰਫੇਸ ਦੇ ਉੱਪਰ ਲੈਂਡ ਕਰਨਾ ਤੇ ਸੌਫਟ ਲੈਂਡਿੰਗ ਕਰਕੇ ਫਿਰ ਉੱਥੋਂ ਦਾ ਐਨਾਲਾਈਜ਼ ਕਰਨਾ ਜਾਂ ਫਿਰ ਉੱਥੇ ਰੋਬੋਟ ਭੇਜਣਾ ਜਿਹੜਾ ਚੰਦ ਦੀ ਸਤਾ ਦੇ ਉੱਤੇ ਚੱਲ ਸਕੇ ਤੇ ਉੱਥੋਂ ਸੈਂਪਲ ਇਕੱਠੇ ਕਰਕੇ ਵਾਪਸ ਧਰਤੀ ਦੇ ਉੱਪਰ ਲਿਆ ਸਕੇ ਤੇ ਸਭ ਤੋਂ ਔਖਾ ਹੈ ਚੰਦ ਦੇ ਉੱਪਰ ਇਨਸਾਨ ਨੂੰ ਭੇਜਣਾ ਤੇ USA ਇਕੱਲਾ ਅਜਿਹਾ ਦੇਸ਼ ਹੈ ਜਿਸ ਨੇ 7 ਦੇ 7 ਕਿਸਮ ਦੇ ਮਿਸ਼ਨ ਪੂਰੇ ਕੀਤੇ ਨੇ। ਉੱਥੇ ਰਸ਼ੀਆ ਤੇ ਚਾਈਨਾ ਨੇ 6-6 ਕਿਸਮ ਦੇ ਮਿਸ਼ਨ ਪੂਰੇ ਕੀਤੇ ਨੇ ਤੇ ਇੰਡੀਆ ਨੇ ਸਿਰਫ 3 ਕਿਸਮ ਦੇ ਮਿਸ਼ਨ ਪੂਰੇ ਕੀਤੇ ਨੇ। ਅੱਜ ਦੇ ਸਮੇਂ ਦੇ ਵਿੱਚ ਦੇਖੀਏ ਤਾਂ ਚੰਦ ਦੇ ਉੱਪਰ ਜਾਣ ਦਾ ਸਭ ਤੋਂ ਜ਼ਿਆਦਾ ਜਿਸ ਦੇਸ਼ ਦੇ ਵਿੱਚ ਉਤਸ਼ਾਹ ਹੈ ਉਹ ਚਾਈਨਾ ਹੈ। ਚਾਈਨਾ ਨੇ ਆਪਣਾ ਸਭ ਤੋਂ ਪਹਿਲਾ ਮਿਸ਼ਨ ਜਿਹੜਾ ਚੰਦ ਦੇ ਉੱਪਰ ਕੀਤਾ ਸੀ ਉਹ ਅੱਜ ਤੋਂ ਸਿਰਫ 16 ਸਾਲ ਪਹਿਲਾਂ ਕੀਤਾ ਸੀ। ਹੁਣ ਆਪਾਂ ਗੱਲ ਉਹੀ ਮੁੱਦੇ ਤੇ ਲੈ ਕੇ ਆਉਨੇ ਹਾਂ ਕਿ ਕਿਉਂ ਸਾਰੇ ਦੇਸ਼ ਚੰਦ ਦੇ ਉੱਪਰ ਆਪਣੇ ਮਿਸ਼ਨ ਭੇਜ ਰਹੇ ਨੇ, ਇਸ ਦੇ ਪਿੱਛੇ ਕਾਰਨ ਕੀ ਹੈ, ਇਸ ਦੇ ਪਿੱਛੇ ਕਈ ਸਾਇੰਟੀਫਿਕ ਤੇ ਜੀਓਪੋਲਿਟਿਕਸ ਦੇ ਕਾਰਨ ਨੇ। ਅਜਿਹਾ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਹਰ ਤਰ੍ਹਾਂ ਦੇ ਮੂਨ ਦੇ ਮਿਸ਼ਨ ਦੇ ਉੱਪਰ ਕਰੋੜਾਂ ਦਾ ਖਰਚਾ ਆਉਂਦਾ ਹੈ। ਚੰਦਰਯਾਨ 3 ਦਾ ਵੀ 615 ਕਰੋੜ ਰੁਪਏ ਖਰਚਾ ਆਇਆ ਹੈ, ਜਿਸ ਦੇ ਵਿੱਚ ਇਸ ਦਾ ਵਹੀਕਲ ਹੀ ਇਕੱਲਾ 250 ਕਰੋੜ ਦਾ ਹੈ ਤੇ 350 ਕਰੋੜ ਇਸ ਨੂੰ ਲਾਂਚ ਕਰਨ ਦੇ ਵਿੱਚ ਹੀ ਲੱਗ ਗਏ। ਇਹ ਤਾਂ ਫਿਰ ਵੀ ਸਸਤਾ ਹੈ। ਨਾਸਾ 2025 ਦੇ ਵਿੱਚ ਚੰਦ ਦੇ ਉੱਪਰ ਇਨਸਾਨ ਭੇਜਣ ਵਾਲਾ ਹੈ ਤੇ ਉਸ ਦੇ ਇਹ ਮਿਸ਼ਨ ਦਾ ਖਰਚਾ $92 ਬਿਲੀਅਨ ਆਵੇਗਾ, ਜਿਹੜੇ ਕਿ ਲਗਭਗ ਇੰਡੀਆ ਦੇ 70,000 ਕਰੋੜ ਬਣਦੇ ਨੇ ਤੇ ਜਿਹੜੇ ਵੀ ਇਹ ਚੰਦ ਦੇ ਉੱਪਰ ਮਿਸ਼ਨ ਭੇਜੇ ਜਾਂਦੇ ਨੇ ਇਹਨਾਂ ਦੇ ਵਿੱਚੋਂ 40% ਮਿਸ਼ਨ ਤਾਂ ਲਗਭਗ ਫੇਲ ਹੀ ਹੋ ਜਾਂਦੇ ਨੇ ਤੇ ਸਵਾਲ ਫਿਰ ਤੋਂ ਇਹੀ ਉੱਠਦਾ ਹੈ ਕਿ ਸਾਰੇ ਦੇਸ਼ ਚੰਦ ਨੂੰ ਲੈ ਕੇ ਇੰਨੇ ਜ਼ਿਆਦਾ ਐਕਸਾਈਟਡ ਕਿਉਂ ਨੇ? ਕਿਉਂ ਹਰ ਇੱਕ ਦੇਸ਼ ਦੇ ਵਿੱਚ ਹੋੜ ਲੱਗੀ ਪਈ ਹੈ ਚੰਦ ਦੇ ਉੱਪਰ ਜਾਣ ਦੀ? ਜੇਕਰ ਸ਼ੁਰੂਆਤ ਤੋਂ ਦੇਖਿਆ ਜਾਵੇ ਤਾਂ ਸ਼ੁਰੂਆਤੀ 30 ਸਾਲਾਂ ਦੇ ਵਿੱਚ ਜਿਹੜੇ ਚੰਦ ਦੇ ਉੱਪਰ ਮਿਸ਼ਨ ਹੋਏ ਸਨ ਉਹ 2 ਸੁਪਰ ਪਾਵਰਾਂ ਦੇ ਆਪਸ ਦੇ ਵਿੱਚ ਮੁਕਾਬਲੇ ਦੇ ਕਾਰਨ ਸ਼ੁਰੂ ਹੋਏ ਸਨ, ਪਰ ਚਾਈਨਾ ਦੀ ਐਂਟਰੀ ਤੋਂ ਬਾਅਦ ਹੁਣ ਇੱਥੇ ਬਹੁਤ ਜ਼ਿਆਦਾ ਕੁਝ ਬਦਲ ਚੁੱਕਿਆ ਹੈ। ਚਾਈਨਾ ਦੇ ਬਾਰੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅੱਗੇ ਦੱਸਾਂਗੇ। ਹੁਣ ਗੱਲ ਕਰਦੇ ਹਾਂ 1945 ਦੀ, ਜਦੋਂ ਦੂਜਾ ਵਿਸ਼ਵ ਯੁੱਧ ਹੁਣੇ ਹੁਣੇ ਖਤਮ ਹੋਇਆ ਸੀ ਤੇ ਹੁਣ ਦੁਨੀਆ ਦੇ ਵਿੱਚ ਸਿਰਫ 2 ਸੁਪਰ ਪਾਵਰਾਂ ਸਨ, ਇੱਕ ਸੀ USA ਤੇ ਦੂਜੀ ਸੀ ਸੋਵੀਅਤ ਸੰਘ ਜਾਨੀ ਕਿ ਰਸ਼ੀਆ। ਇਸ ਤੋਂ ਬਾਅਦ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਕੋਲਡ ਵਾਰ ਚੱਲਦੀ ਹੈ, ਜਿਸ ਦੇ ਦੌਰਾਨ ਹੀ ਸਾਨੂੰ ਸਪੇਸ ਰੇਸ ਅਤੇ ਮੂਨ ਵਰਗੇ ਮਿਸ਼ਨ ਦੇਖਣ ਨੂੰ ਮਿਲਦੇ ਨੇ। ਜਦੋਂ 1945 ਦੇ ਵਿੱਚ ਦੂਜਾ ਵਿਸ਼ਵ ਯੁੱਧ ਖਤਮ ਹੁੰਦਾ ਹੈ ਤਾਂ ਜਰਮਨੀ ਦੇ 2 ਹਿੱਸੇ ਹੋ ਜਾਂਦੇ ਨੇ, ਜਿਹੜਾ ਇਸ ਦਾ ਪੱਛਮੀ ਬਲੌਕ ਹੁੰਦਾ ਹੈ ਉਸ ਨੂੰ USA ਤੇ ਅਲਾਈਡ ਫੋਰਸ ਕੰਟਰੋਲ ਕਰਦੀਆਂ ਨੇ ਤੇ ਜਿਹੜਾ ਈਸਟਰਨ ਜਰਮਨੀ ਹੁੰਦਾ ਹੈ ਉਸ ਨੂੰ ਸੋਵੀਅਤ ਸੰਘ ਕੰਟਰੋਲ ਕਰਦਾ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੂਰੀ ਦੁਨੀਆ ਨੂੰ ਇਹ ਪਤਾ ਲੱਗ ਗਿਆ ਸੀ ਕਿ ਚਾਹੇ ਕੋਈ ਵੀ ਖੇਤਰ ਹੋਵੇ ਜਰਮਨ ਟੈਕਨੋਲੋਜੀ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। USA ਨੇ ਉਸ ਸਾਲ ਚਲਾਇਆ ਪੇਪਰ ਕਲੈਪ ਮਿਸ਼ਨ, ਇਸ ਕਾਰਨ USA 1600 ਜਰਮਨ ਵਿਗਿਆਨੀਆਂ ਨੂੰ ਉਹਨਾਂ ਦੇ ਪਰਿਵਾਰ ਸਮੇਤ ਅਮਰੀਕਾ ਲੈ ਗਿਆ। ਇਹਨਾਂ ਜਰਮਨ ਵਿਗਿਆਨੀਆਂ ਦੇ ਵਿੱਚੋਂ ਇੱਕ ਵਿਗਿਆਨੀ ਸੀ ਬਾਰਬਨ ਬੋਰਬ੍ਰੇਨ, ਜਿਸ ਨੇ ਰਸ਼ੀਆ ਦੇ ਲਈ V2 ਰਾਕਟ ਬਣਾਇਆ ਸੀ। ਜਿਹੜਾ V2 ਰਾਕਟ ਸੀ ਇਸ ਦੀ ਖਾਸ ਗੱਲ ਇਹ ਸੀ ਕਿ ਸਪੇਸ ਦੇ ਐਜ ਤੱਕ ਚਲਿਆ ਜਾਂਦਾ ਸੀ ਤੇ ਉੱਥੋਂ ਵਾਪਸ ਆ ਕੇ ਆਪਣੇ ਦੁਸ਼ਮਣ ਦੇ ਉੱਪਰ ਇਹ ਟਾਰਗੇਟ ਕਰਦਾ ਸੀ। ਅਮਰੀਕਾ ਨੂੰ ਲੱਗਿਆ ਕਿ ਉਹ ਇਸ ਰਾਕਟ ਦੇ ਸਹਾਰੇ ਆਪਣੇ ਸਪੇਸ ਵਿੱਚ ਜਾਣ ਦੇ ਸੁਪਨੇ ਨੂੰ ਪੂਰਾ ਕਰ ਸਕਦਾ ਹੈ। 1955 ਦੇ ਵਿੱਚ ਪੂਰੇ ਵਿਸ਼ਵਾਸ ਦੇ ਨਾਲ ਅਮਰੀਕਾ ਨੇ ਆਪਣਾ ਸਪੇਸ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਤੇ ਦੂਜੇ ਪਾਸੇ ਸੋਵੀਅਤ ਸੰਘ ਨੇ ਵੀ ਆਪਣਾ ਸਪੇਸ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਸੀ। ਇਹਨਾਂ ਦੋਨੇ ਸੁਪਰ ਪਾਵਰਾਂ ਜਿਹੜੀ ਕਿ ਅਮਰੀਕਾ ਤੇ ਰਸ਼ੀਆ ਦੇ ਵਿੱਚ ਰੇਸ ਲੱਗੀ ਹੋਈ ਸੀ ਸਪੇਸ ਦੇ ਵਿੱਚ ਜਾਣ ਦੀ, ਜਿਹਦੇ ਵਿੱਚ ਤਕਰੀਬਨ ਅਮਰੀਕਾ ਹਾਰ ਵੀ ਰਿਹਾ ਸੀ, ਕਿਉਂਕਿ ਸ਼ੁਰੂ ਤੋਂ ਹੀ ਅਮਰੀਕਾ ਨੰਬਰ 1 ਬਣਨਾ ਚਾਹੁੰਦਾ ਹੈ ਕਿਉਂਕਿ ਨੰਬਰ 2 ਕਦੇ ਵੀ ਇਤਿਹਾਸ ਦੇ ਵਿੱਚ ਰਜਿਸਟਰਡ ਨਹੀਂ ਹੁੰਦਾ ਤੇ ਸੋਵੀਅਤ ਸੰਘ ਨੇ ਇੱਥੇ ਅਮਰੀਕਾ ਨੂੰ ਨੰਬਰ 1 ਨਹੀਂ ਬਣਨ ਦਿੱਤਾ, ਕਿਉਂਕਿ ਤੁਸੀਂ ਆਪਣੇ ਸਕੂਲਾਂ ਦੇ ਵਿੱਚ ਵੀ ਪੜ੍ਹਿਆ ਹੋਣਾ ਹੈ ਕਿ ਸਭ ਤੋਂ ਪਹਿਲੀ ਜਿਹੜੀ ਸੈਟੇਲਾਈਟ ਸੀ ਉਸ ਦਾ ਨਾਮ ਸਪੂਤਨਿਕ 1 ਸੀ, ਜਿਹੜੀ ਕਿ ਸੋਵੀਅਤ ਸੰਘ ਜਾਨੀ ਕਿ ਰਸ਼ੀਆ ਨੇ 1957 ਦੇ ਵਿੱਚ ਲਾਂਚ ਕੀਤੀ ਸੀ ਤੇ ਅਮਰੀਕਾ ਇਸ ਤੋਂ ਸਿਰਫ 4 ਮਹੀਨੇ ਹੀ ਲੇਟ ਸੀ। ਅਮਰੀਕਾ ਨੇ ਇਸ ਤੋਂ 4 ਮਹੀਨੇ ਬਾਅਦ ਇੱਕ ਸਪੋਲਰ 1 ਨਾਮ ਦੀ ਸੈਟੇਲਾਈਟ ਭੇਜੀ ਜਿਸ ਨੂੰ ਕੋਈ ਵੀ ਨਹੀਂ ਜਾਣਦਾ, ਈਵਨ ਕਿ ਤੁਸੀਂ ਵੀ ਨਹੀਂ ਜਾਣਦੇ ਹੋਵੋਗੇ। 1968 ਤੋਂ ਲੈ ਕੇ 1959 ਤੱਕ ਟੋਟਲ 14 ਮਿਸ਼ਨ ਭੇਜੇ ਗਏ ਸਪੇਸ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ 11 ਤਾਂ ਸਫਲ ਹੀ ਨਹੀਂ ਹੋਏ ਤੇ ਜਿਹੜੇ 3 ਸਫਲ ਹੋਏ ਉਹ ਸੋਵੀਅਤ ਸੰਘ ਦੇ ਮਿਸ਼ਨ ਸਨ। ਇਹ ਗੱਲ ਅਮਰੀਕਾ ਦੇ ਬਿਲਕੁਲ ਵੀ ਹਜਮ ਨਹੀਂ ਹੋ ਰਹੀ ਸੀ ਤੇ ਇਸ ਤੋਂ ਬਾਅਦ ਸੋਵੀਅਤ ਸੰਘ ਨੇ ਅਜਿਹਾ ਕੁਝ ਕਰ ਦਿੱਤਾ ਜਿਸ ਦੇ ਬਾਰੇ ਅਮਰੀਕਾ ਨੇ ਕਦੇ ਵੀ ਸੋਚਿਆ ਨਹੀਂ ਸੀ। ਉਹਨਾਂ ਨੇ ਆਪਣਾ ਇੱਕ ਯਾਤਰੀ ਅੰਤਰਿਕਸ਼ ਜਾਨੀ ਕਿ ਕਈ ਸਪੇਸ ਦੇ ਵਿੱਚ ਭੇਜ ਦਿੱਤਾ। ਇਹ ਚੀਜ਼ ਨੇ ਅਮਰੀਕਾ ਦੇ ਜ਼ਖਮਾਂ ਦੇ ਉੱਤੇ ਲੂਣ ਪਾ ਦਿੱਤਾ, ਕਿਉਂਕਿ ਇੱਥੇ ਵੀ ਅਮਰੀਕਾ ਸਿਰਫ 3 ਹਫ਼ਤੇ ਹੀ ਲੇਟ ਸੀ। ਪਰ ਸਾਰੇ ਹੀ ਹੁਣ ਯੂਰੀ ਗਾਰਗਰਿਨ ਨੂੰ ਜਾਣਦੇ ਹਾਂ ਜਿਹੜੇ ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਪਹੁੰਚੇ ਸਨ ਤੇ ਉਸ ਤੋਂ 3 ਹਫ਼ਤੇ ਬਾਅਦ ਪਹੁੰਚਣ ਵਾਲੇ ਅਮਰੀਕਾ ਦੇ ਐਲਨ ਸ਼ੈਫਰਡ ਨੂੰ ਹੁਣ ਕੋਈ ਵੀ ਨਹੀਂ ਜਾਣਦਾ। ਯੂਰੀ ਗਾਰਗਰਿਨ ਨੂੰ ਹੁਣ ਸਾਰੀ ਦੁਨੀਆ ਜਾਣਦੀ ਹੈ ਕਿਉਂਕਿ ਉਹ ਸਪੇਸ ਦੇ ਵਿੱਚ ਜਾਣ ਵਾਲਾ ਪਹਿਲਾ ਇਨਸਾਨ ਹੈ ਤੇ ਐਲਨ ਸ਼ੈਫਰਡ ਦਾ ਨਾਮ ਤੁਸੀਂ
ਸੰਘ ਦੀਆਂ ਜਿੱਤਾਂ ਨੂੰ ਦੇਖਦੇ ਹੋਏ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਕੈਨੇਡੀ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਕਿ ਉਹ ਆਉਣ ਵਾਲੇ 8 ਸਾਲਾਂ ਦੇ ਵਿੱਚ ਚੰਦ ਦੇ ਉੱਪਰ ਇਨਸਾਨ ਭੇਜਣਗੇ। ਇਸ ਦੇ ਨਾਲ ਹੀ ਉਹਨਾਂ ਨੇ ਨਾਸਾ ਦੇ ਬਜਟ ਦੇ ਵਿੱਚ 99% ਦਾ ਵਾਧਾ ਕਰ ਦਿੱਤਾ ਤੇ ਅਗਲੇ ਸਾਲ ਉਹਨਾਂ ਨੇ ਸਾਰੇ ਬਜਟ ਨੂੰ ਡਬਲ ਵੀ ਕਰ ਦਿੱਤਾ। 1962 ਤੋਂ 1969 ਤੱਕ ਚੰਦ ਦੇ ਉੱਪਰ 51 ਮਿਸ਼ਨ ਭੇਜੇ ਗਏ, ਜਿਨ੍ਹਾਂ ਦੇ ਵਿੱਚੋਂ 23 ਮਿਸ਼ਨ USA ਦੇ ਸਨ ਤੇ 29 ਮਿਸ਼ਨ ਸੋਵੀਅਤ ਸੰਘ ਦੇ ਸਨ। ਅਮਰੀਕੀ ਰਾਸ਼ਟਰਪਤੀ ਦਾ ਇੰਨਾ ਜ਼ਿਆਦਾ ਜ਼ੋਰ ਲੱਗਿਆ ਪਿਆ ਸੀ ਕਿ ਉਹਨਾਂ ਦੇ ਨਾਮ ਦੇ ਉੱਤੇ ਹੀ ਕੈਨੇਡੀ ਸਪੇਸ ਸੈਂਟਰ ਦਾ ਨਾਮ ਵੀ ਰੱਖਿਆ ਗਿਆ। ਇਹ ਗੱਲ ਵੱਖਰੀ ਹੈ ਕਿ ਚੰਦ ਦੇ ਉੱਪਰ ਇਨਸਾਨ ਭੇਜਣ ਤੋਂ ਪਹਿਲਾਂ ਹੀ 1963 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੌਨ ਐਫ ਕੈਨੇਡੀ ਦਾ ਅਸੈਸੀਨੇਸ਼ਨ ਹੋ ਜਾਂਦਾ ਹੈ, ਪਰ ਉਹਨਾਂ ਵੱਲੋਂ ਕਈ ਗੱਲ ਅੱਗੇ ਜਾ ਕੇ ਜ਼ਰੂਰ ਸੱਚ ਸਾਬਤ ਹੋਈ ਕਿਉਂਕਿ 16 ਜੁਲਾਈ 1969 ਨੂੰ ਅਮਰੀਕੀ ਸਪੇਸ ਏਜੰਸੀ ਨਾਸਾ ਨੇ ਆਪਣੇ ਅਪੋਲੋ 11 ਦੇ ਵਿੱਚ ਇਨਸਾਨ ਨੂੰ ਬਿਠਾ ਕੇ ਚੰਦ ਵੱਲ ਨੂੰ ਰਵਾਨਾ ਕਰ ਦਿੱਤਾ। 20 ਜੁਲਾਈ 1969 ਨੂੰ ਅਮਰੀਕਾ ਚੰਦ ਦੇ ਉੱਪਰ ਲੈਂਡ ਕਰ ਜਾਂਦਾ ਹੈ ਤੇ ਇਸ ਰੇਸ ਦੇ ਵਿੱਚ ਉਸਨੇ ਸੋਵੀਅਤ ਸੰਘ ਨੂੰ ਹਰਾ ਦਿੱਤਾ। ਇਸ ਦੇ ਨਾਲ ਹੀ ਇਹ ਜਿਹੜੀ ਸਪੇਸ ਵਾਰ ਚੱਲ ਰਹੀ ਸੀ ਇਹਦੇ ਵਿੱਚ ਪਹਿਲੀ ਵਾਰ ਅਮਰੀਕਾ ਦੀ ਜਿੱਤ ਹੋਈ ਸੀ। ਇਸ ਤੋਂ ਬਾਅਦ ਅਮਰੀਕਾ ਨੇ ਲਗਾਤਾਰ ਚੰਦ ਦੇ ਉੱਪਰ ਕਈ ਮਿਸ਼ਨ ਭੇਜੇ ਜਿਨ੍ਹਾਂ ਦੇ ਵਿੱਚ ਤਕਰੀਬਨ 12 ਲੋਕ ਚੰਦ ਦੇ ਉੱਪਰ ਜਾ ਕੇ ਆਏ। ਉੱਥੇ ਸੋਵੀਅਤ ਯੂਨੀਅਨ ਇੱਥੇ ਅਮਰੀਕਾ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ ਤੇ 1972 ਆਉਂਦੇ ਆਉਂਦੇ ਅਮਰੀਕਾ ਨੇ ਸੋਚਿਆ ਕਿ ਉਹਨਾਂ ਦੇ ਚੰਦ ਦੇ ਉੱਪਰ ਜਿਹੜੇ ਮਿਸ਼ਨ ਜਾ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਹੈ ਤੇ ਉੱਥੋਂ ਕੋਈ ਉਹਨਾਂ ਨੂੰ ਲਾਭ ਵੀ ਨਹੀਂ ਮਿਲ ਰਿਹਾ ਕਿਉਂਕਿ ਇਨਸਾਨ ਨੂੰ ਚੰਦ ਦੇ ਉੱਪਰ ਭੇਜਣਾ ਕਾਫੀ ਜ਼ਿਆਦਾ ਮਹਿੰਗਾ ਸੀ ਤੇ ਇਸ ਚੀਜ਼ ਦੇ ਨਾਲ ਅਮਰੀਕਾ ਨੂੰ ਕੋਈ ਪ੍ਰੋਫਿਟ ਵੀ ਨਹੀਂ ਹੋ ਰਿਹਾ ਸੀ ਤੇ ਸੋਵੀਅਤ ਸੰਘ ਦੇ ਨਾਲ ਵੀ ਅਮਰੀਕਾ ਦਾ ਕੋਈ ਮੁਕਾਬਲਾ ਨਹੀਂ ਰਿਹਾ ਸੀ। ਇਸ ਕਰਕੇ ਅਮਰੀਕਾ ਨੇ ਹੁਣ ਹਰ ਸਾਲ ਨਾਸਾ ਦਾ ਬਜਟ ਘਟਾਉਣਾ ਸ਼ੁਰੂ ਕਰ ਦਿੱਤਾ। ਤੁਸੀਂ ਗ੍ਰਾਫ ਰਾਹੀਂ ਦੇਖ ਸਕਦੇ ਹੋ ਕਿ ਕਿਵੇਂ ਹਰ ਸਾਲ ਨਾਸਾ ਦਾ ਬਜਟ ਥੱਲੇ ਨੂੰ ਜਾਂਦਾ ਰਿਹਾ। ਫਿਰ ਆਉਂਦਾ ਹੈ 1979 ਜਦੋਂ ਸੋਵੀਅਤ ਸੰਘ ਅਫਗਾਨਿਸਤਾਨ ਦੇ ਵਿੱਚ ਦਾਖਲ ਹੁੰਦਾ ਹੈ ਤੇ ਲਗਭਗ ਇੱਕ ਦਹਾਕੇ ਤੱਕ ਸੋਵੀਅਤ ਸੰਘ ਤੇ ਅਮਰੀਕੀ ਇੱਥੇ ਆਪਸ ਦੇ ਵਿੱਚ ਉਲਝਦੇ ਰਹੇ। ਇਸ ਸਮੇਂ ਦੌਰਾਨ ਅਫਗਾਨਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਹੋਈ ਤੇ ਇੱਕ ਵੀ ਮੂਨ ਮਿਸ਼ਨ ਨਹੀਂ ਭੇਜਿਆ ਗਿਆ ਤੇ 1991 ਦੇ ਵਿੱਚ ਸੋਵੀਅਤ ਸੰਘ 12 ਦੇਸ਼ਾਂ ਦੇ ਵਿੱਚ ਟੁੱਟ ਗਿਆ ਤੇ ਅਮਰੀਕਾ ਦੇ ਨਾਲ ਇਸ ਦੀ ਕੋਲਡ ਵਾਰ ਵੀ ਖਤਮ ਹੋ ਗਈ। ਇਸ ਤੋਂ ਬਾਅਦ ਮੂਨ ਮਿਸ਼ਨ ਦੇ ਨੰਬਰ ਵੀ ਘੱਟ ਹੁੰਦੇ ਗਏ, ਪਰ 16 ਸਾਲਾਂ ਬਾਅਦ ਯਾਨੀ ਕਿ ਸਨ 2007 ਦੇ ਵਿੱਚ ਚਾਈਨਾ ਨੇ ਮੂਨ ਮਿਸ਼ਨ ਕਰਕੇ ਰੇਸ ਨੂੰ ਫਿਰ ਤੋਂ ਚਲਾ ਦਿੱਤਾ। ਚਾਈਨਾ ਨੇ 2007 ਦੇ ਵਿੱਚ ਆਪਣਾ ਓਰਬਿਟਰ ਤੇ ਇੰਪੈਕਟਰ ਜਿਸ ਦਾ ਨਾਮ ਚਿੰਗੇਜ਼ 1 ਹੈ ਉਸ ਨੂੰ ਚੰਦ ਦੇ ਉੱਪਰ ਭੇਜਿਆ ਤੇ ਉਹ ਸਫਲ ਵੀ ਰਿਹਾ ਤੇ 2013 ਦੇ ਵਿੱਚ ਚਾਈਨਾ ਨੇ ਆਪਣਾ ਰੋਬੋਟ ਵੀ ਚੰਦ ਦੇ ਉੱਪਰ ਭੇਜ ਦਿੱਤਾ। ਇਸ ਤੋਂ ਪਹਿਲਾਂ ਇਹ ਕੰਮ ਸਿਰਫ ਕੱਲਾ ਸੋਵੀਅਤ ਸੰਘ ਨੇ ਕੀਤਾ ਸੀ ਤੇ ਫਿਰ 2019 ਦੇ ਵਿੱਚ ਉਹ ਚੰਦ ਦੀ ਫਾਰ ਸਾਈਡ ਵੱਲ ਨੂੰ ਗਏ ਤੇ ਉੱਥੇ ਉਹਨਾਂ ਨੇ ਲੈਂਡ ਕਰ ਦਿੱਤਾ। ਇਹ ਉਹ ਚੰਦ ਦੀ ਜਗ੍ਹਾ ਹੈ ਜਿਹੜੀ ਧਰਤੀ ਤੋਂ ਦਿਖਾਈ ਵੀ ਨਹੀਂ ਦਿੰਦੀ ਕਿਉਂਕਿ ਇੱਥੇ ਸੂਰਜ ਦੀ ਰੋਸ਼ਨੀ ਪਹੁੰਚਦੀ ਤੱਕ ਨਹੀਂ ਤੇ ਫਿਰ 2020 ਦੇ ਵਿੱਚ ਚੈਂਗੇਜ਼ 5 ਚੰਦ ਦੀ ਸਤ੍ਹਾ ਦੇ ਉੱਪਰੋਂ 2 ਕਿਲੋ ਸੈਂਪਲ ਇਕੱਠੇ ਕਰਕੇ ਲੈ ਕੇ ਆਇਆ ਜਿਹੜਾ ਉਸਨੇ ਚੰਦ ਦੀ ਖੁਦਾਈ ਕਰਕੇ  6 ਫੁੱਟ ਥੱਲਿਓਂ ਕੱਢੇ ਸਨ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਚੰਦ ਦੇ ਉੱਪਰ 7 ਤਰ੍ਹਾਂ ਦੇ ਮਿਸ਼ਨ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ 6 ਚਾਈਨਾ ਕਰ ਚੁੱਕਿਆ ਹੈ ਤੇ ਇਸ ਤੋਂ ਅਗਲਾ ਚਾਈਨਾ ਦਾ ਜਿਹੜਾ ਮਿਸ਼ਨ ਹੈ ਉਹ ਹੈ ਚੰਦ ਦੇ ਉੱਪਰ ਇਨਸਾਨ ਨੂੰ ਭੇਜਣਾ ਤੇ ਇਸ ਕੰਮ ਦੇ ਲਈ ਉਸਨੇ ਰਸ਼ੀਆ ਦੇ ਨਾਲ ਹੱਥ ਮਿਲਾ ਲਿਆ ਹੈ ਤੇ ਉਹ ਮਿਲ ਕੇ ਕੰਮ ਕਰ ਰਹੇ ਨੇ ਚੰਦ ਦੇ ਉੱਪਰ ਇਨਸਾਨ ਨੂੰ ਭੇਜਣ ਵਾਲਾ। ਚਾਈਨਾ 2030 ਤੱਕ ਚੰਦ ਦੇ ਉੱਪਰ ਐਸਟ੍ਰੋਨੌਟ ਭੇਜਣ ਦੀ ਤਿਆਰੀ ਕਰ ਰਿਹਾ ਹੈ। ਉਹ ਸਿਰਫ ਚੰਦ ਦੇ ਉੱਪਰ ਜਾਣਗੇ ਹੀ ਨਹੀਂ ਬਲਕਿ ਉੱਥੇ ਲੰਬੇ ਸਮੇਂ ਤੱਕ ਰਹਿਣਗੇ ਵੀ। ਉਹ ਚੰਦ ਦੀ ਸਤ੍ਹਾ ਦੀ ਬਹੁਤ ਡੰਗਾਈ ਦੇ ਨਾਲ ਜਾਂਚ ਕਰਨਗੇ ਤੇ ਚਾਈਨਾ ਦੇ ਇਹ ਕਦਮ ਤੋਂ ਅਮਰੀਕਾ ਬਿਲਕੁਲ ਵੀ ਖੁਸ਼ ਨਹੀਂ ਹੈ। ਇਸ ਕਰਕੇ ਅਮਰੀਕਾ ਦੀ ਏਜੰਸੀ ਨਾਸਾ ਵੀ ਹੁਣ $92 ਬਿਲੀਅਨ ਖਰਚ ਕਰਕੇ ਆਪਣਾ ਅਗਲਾ ਮੈਨ ਮਿਸ਼ਨ ਚੰਦ ਦੇ ਉੱਪਰ ਭੇਜਣ ਦੀ ਤਿਆਰੀ ਕਰ ਰਹੀ ਹੈ। ਅਮਰੀਕਾ ਇਹ ਮਿਸ਼ਨ ਨੂੰ ਚਾਈਨਾ ਤੋਂ ਪਹਿਲਾਂ 2025 ਦੇ ਵਿੱਚ ਕਰਨਾ ਚਾਹੁੰਦਾ ਹੈ। ਹੁਣ ਆਪਾਂ ਮੁੜ ਕੇ ਫਿਰ ਉਹੀ ਮੁੱਦੇ ਤੇ ਆਉਂਦੇ ਹਾਂ ਜਿਹੜਾ ਆਪਾਂ ਸਟਾਰਟਿੰਗ ਦੇ ਵਿੱਚ ਚੱਕਿਆ ਸੀ ਕਿ ਸਾਰੇ ਦੇਸ਼ ਇੰਨਾ ਖਰਚਾ ਕਰਕੇ ਚੰਦ ਦੇ ਉੱਪਰ ਆਖਰ ਕੀ ਕਰਨ ਜਾਂਦੇ ਨੇ। ਇਸ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਚਾਈਨਾ ਚੰਦ ਦੇ ਉੱਪਰੋਂ ਜਿਹੜੇ ਸੈਂਪਲ ਲੈ ਕੇ ਆਇਆ ਹੈ ਉਸ ਦੇ ਵਿੱਚ ਹੀਲੀਅਮ 3 ਮਿਲਿਆ ਹੈ ਤੇ ਹੀਲੀਅਮ 3 ਧਰਤੀ ਦੇ ਉੱਪਰ ਬਹੁਤ ਜ਼ਿਆਦਾ ਘੱਟ ਮਾਤਰਾ ਦੇ ਵਿੱਚ ਮਿਲਦਾ ਹੈ ਤੇ ਹੀਲੀਅਮ 3 ਦੇ ਨਾਲ ਨਿਊਕਲੀਅਰ ਰਿਐਕਟਰ ਦੇ ਨਾਲ ਬਹੁਤ ਜ਼ਿਆਦਾ એનર્ਜੀ ਪੈਦਾ ਕੀਤੀ ਜਾ ਸਕਦੀ ਹੈ ਤੇ ਇਹ ਹੀਲੀਅਮ 3 ਇੱਕ ਅਜਿਹੀ ਚੀਜ਼ ਹੈ ਜਿਹੜੀ ਇਨਸਾਨਾਂ ਦੀ એનર્ਜੀ ਦੀ ਲੋੜ ਨੂੰ ਅਗਲੇ 10,000 ਸਾਲਾਂ ਤੱਕ ਪੂਰਾ ਕਰ ਸਕਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇੰਡੀਆ ਬਾਰੇ। ਇੰਡੀਆ ਨੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਮੂਨ ਮਿਸ਼ਨ ਸ਼ੁਰੂ ਕੀਤਾ ਸੀ ਉਹ 2008 ਦੇ ਵਿੱਚ ਕੀਤਾ ਸੀ। 2008 ਦੇ ਵਿੱਚ ਚੰਦ ਦੇ ਸਾਊਥ ਪੋਲ ਦੇ ਉੱਪਰ ਇੰਡੀਆ ਨੇ ਜਾ ਕੇ ਹਾਰਡ ਲੈਂਡਿੰਗ ਕੀਤੀ ਸੀ। ਇਹ ਮਿਸ਼ਨ ਦੇ ਪਿੱਛੇ APJ ਅਬਦੁਲ ਕਲਾਮ ਦਾ ਬਹੁਤ ਵੱਡਾ ਹੱਥ ਸੀ ਕਿਉਂਕਿ ਇਸਰੋ ਦੇ ਚੀਫ ਦੇ ਅਨੁਸਾਰ ਉਹਨਾਂ ਨੇ ਚੰਦ ਦੇ ਉੱਪਰ ਜਿਹੜਾ ਆਪਣਾ ਮਿਸ਼ਨ ਭੇਜਣਾ ਸੀ ਉਹ ਚਾਈਨਾ ਤੋਂ 3 ਸਾਲ ਪਹਿਲਾਂ ਹੀ ਭੇਜ ਦੇਣਾ ਸੀ। ਇਹ ਗੱਲ ਜਦੋਂ APJ ਅਬਦੁਲ ਕਲਾਮ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਕਿਹਾ ਕਿ ਆਪਾਂ ਚੰਦ ਦੇ ਉੱਪਰ ਕੱਲਾ ਆਪਣਾ ਰੋਬੀਟਰ ਹੀ ਕਿਉਂ ਭੇਜਣਾ ਹੈ, ਆਪਾਂ ਇਸ ਨੂੰ ਉੱਥੇ ਲੈਂਡ ਵੀ ਕਰਵਾ ਦਿੰਦੇ ਹਾਂ ਤੇ ਇਹ ਸਾਰੇ ਪ੍ਰੋਸੈਸ ਦੇ ਵਿੱਚ ਹੀ ਅਗਲੇ 4 ਸਾਲ ਲੱਗ ਗਏ ਤੇ ਲੈਂਡਿੰਗ ਤੋਂ 1 ਸਾਲ ਬਾਅਦ ਡਾਕਟਰ APJ ਅਬਦੁਲ ਕਲਾਮ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਆਪਾਂ ਅਜਿਹੀ ਟੈਕਨੋਲੋਜੀ ਬਣਾਈਏ ਜਿਸ ਦੇ ਨਾਲ ਆਪਾਂ ਚੰਦ ਦੇ ਉੱਪਰੋਂ ਸੈਂਪਲ ਵੀ ਇਕੱਠੇ ਕਰਕੇ ਲੈ ਕੇ ਆਈਏ। ਪਰ ਇੰਡੀਆ ਦਾ ਜਿਹੜਾ ਅਗਲਾ ਮੂਨ ਮਿਸ਼ਨ ਸੀ ਉਹ ਇਸ ਤੋਂ 11 ਸਾਲਾਂ ਬਾਅਦ ਯਾਨੀ ਕਿ 2019 ਦੇ ਵਿੱਚ ਹੋਇਆ ਜਦੋਂ ਰੋਬੀਟਰ ਤਾਂ ਉੱਪਰ ਚਲਿਆ ਗਿਆ ਪਰ ਉਸਦਾ ਲੈਂਡਰ ਕ੍ਰੈਸ਼ ਕਰ ਗਿਆ ਤੇ ਹੁਣ ਚੰਦਰਯਾਨ 3 ਨੂੰ ਇੰਡੀਆ ਨੇ ਸਕਸੈਸਫੁਲੀ ਲੈਂਡ ਕਰਾ ਕੇ ਆਪਣੀ ਇਹ ਗਲਤੀ ਨੂੰ ਠੀਕ ਕੀਤਾ ਹੈ। ਪਰ ਜੇਕਰ ਹੁਣ ਤੁਸੀਂ ਇੰਡੀਆ ਦੇ ਸਫ਼ਰ ਦੀ ਗੱਲ ਕਰੋਗੇ ਅਮਰੀਕਾ ਤੇ ਰਸ਼ੀਆ ਦੇ ਨਾਲ ਤਾਂ ਇਹ ਤੁਹਾਨੂੰ ਬਹੁਤ ਸਲੋਅ ਲੱਗ ਸਕਦਾ ਹੈ ਕਿਉਂਕਿ ਇਸ ਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਹੈ ਉਹ ਹੈ ਬਜਟ ਦਾ। ਇੰਡੀਆ ਦੀ ਸਪੇਸ ਏਜੰਸੀ ਇਸਰੋ ਦਾ ਜਿੰਨਾ ਬਜਟ ਹੈ ਉਸ ਦੇ ਨਾਲੋਂ 7